ਹੈ ਸਹੀ ਹੈ ਪਤਾ ਨੀ ਨਾ ਤਬੀਅਤ ਖਰਾਬ ਹੈ ਹੈ ਪਤਾ ਸੀ ਕਿ ਨਹੀਂ ਪਤਾ ਸੀ ਕਿ ਨਹੀਂ ਮੈਨੂੰ ਦੱਸ ਪਤਾ ਸੀ ਕਿ ਨਹੀਂ ਅਸਲਾਮ ਵਾਲੇਕੁਮ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕੱਲ ਤੁਸੀਂ ਮੈਨੂੰ ਬੜਾ ਡਰਨਾ ਡਰਾਇਆ ਵੀ ਹਨਾਨ ਬੇਸ ਹੋਇਆ ਉਸਕੀ ਬੜੀ ਜ਼ਿਆਦਾ ਤਬੀਅਤ ਖਰਾਬ ਤੇ ਔਰ ਆਜ ਫਿਰ ਕੱਲ ਉਹਨਾਂ ਨੇ ਮੇਰੇ ਉੱਪਰ ਪ੍ਰੈਂਕ ਕੀਆ ਤੇ ਯਾਰ ਹਨਾਨ ਬੇਸ ਹੋਇਆ ਤੇ ਉਸਕੇ ਉੱਪਰ ਹਮਨੇ ਹੋਰ ਪ੍ਰੈਂਕ ਕਰਨਾ ਕੱਲ ਜਾਨੀ ਨੇ ਕੀਤਾ ਸੀ ਹੁਣ ਨਹੀਂ ਕਰਨਾ ਅੱਜ ਅਸੀਂ ਮੋਮਬੱਤੀਆਂ ਲੈ ਕੇ ਲਈ ਲੱਭ ਜਾਣਗੇ ਕੈਂਡਲ ਲੱਭ ਜੇ ਹਾਂ ਲੱਭ ਜੇ ਹੁਣ ਤੇ ਲੈਟ ਵੀ ਬੜੀ ਘੱਟ ਜਾਂਦੀ ਹੈ ਪੁਰਾਣੇ ਘੋਲੋਂ ਲੱਭ ਜਾਏਗੀ ਬੇਸ਼ਕ ਕਰਾਉਣ ਦੇ ਘੋਲ ਪੂਰਾ ਕਾਲਾ ਜਾਦੂ ਕਰਨਾ ਅਸੀਂ ਜਲਾ ਜਲੂ ਕੇ ਨਾ ਜਿੱਧਰ ਸੁੱਤਾ ਬੈਡ ਵਾਲੇ ਬੈਡ ਦੇ ਸਾਹਮਣੇ ਸਾਰਾ ਕੁਛ ਵਿਛਾ ਵਿਛੂ ਕੇ ਤੇ ਅਸੀਂ ਲੁਕ ਜਾਵਾਂਗੇ ਕੈਂਡਲ ਵਗੈਰਾ ਚਲਾ ਦੇਈਏ ਉਹ ਥੋੜਾ ਜਿਹਾ ਹਿਲਾਉਣਾ ਤੂੰ ਤੂੰ ਹਿਲਾਉਣਾ ਤੂੰ ਜਿਹੜਾ ਮੇਕਅਪ ਸ਼ੇਪ ਉਹ ਤੇਰੇ ਉੱਤੇ ਕਰਨਾ ਕਾਲ ਲੱਗਾ ਦੀ ਕਸਮ ਤੂੰ ਮੈਂ ਬੜਾ ਭਰਾ ਨਹੀਂ ਮੈਂ ਉਹਨੂੰ ਪਹਿਲੇ ਡਰਾਵਾਂਗਾ ਡਰਨਾ ਮੇਕਅਪ ਤੂੰ ਕਰਨਾ ਚੱਦਰ ਲੈ ਕੇ ਜਿਵੇਂ ਇੰਜ ਕੀਤਾ ਸੀ ਨਾ ਜ਼ਰਾ ਹੁਣ ਡਿਫਰੈਂਟ ਕਰੀ ਉਹਨੂੰ ਲੱਗੇ ਨਾ ਕਿ ਹੈ ਫੇਕ ਹੋ ਰਿਹਾ ਕੱਲ ਦੀ ਤਰ੍ਹਾਂ ਹੋ ਰਿਹਾ ਅੱਜ ਇਹਨੂੰ ਨਾ ਡਰਾਇਆ ਮੈਂ ਤੈਨੂੰ ਫੜ ਕੇ ਫੜਨਾ ਜਿਵੇਂ ਮੈਨੂੰ ਡਰਾਏ ਹੋ ਜੀ ਉਹਨੂੰ ਡਰਾਉਣਾ ਚਾਹੀਦਾ ਸਹੀ ਹੋ ਗਿਆ ਅਭੀ ਹਮ ਆਪਣੀ ਕੈਂਡਲ ਲੈਣੇ ਕਹਿੰਦਾ ਇੰਤਜ਼ਾਮ ਕਰਦੇ ਹਾਂ ਦੁਆ ਕਰੇ ਕੈਂਡਲ ਬਸ ਮਿਲ ਜਾਏ ਦੋ ਵੀ ਲੱਭੀ ਇੱਕ ਵੀ ਲੱਭੀ ਗੁਜ਼ਾਰਾ ਹੋਈ ਘੱਟ ਕੇ ਬੇਸ਼ਕ ਵੀ ਡੋਰੀ ਫੜੋਲਾਂਗੇ ਲੱਭ ਜਾਏ ਸਹੀ ਐ ਹੁਣ ਤੁਹਾਡਾ ਕੰਮ ਹੈ ਪੈਸੇ ਫੜੋ ਹੈਲੋ ਪੈਸੇ ਫੜੋ ਤੇ ਕੈਂਡਲ ਲੈ ਕੇ ਸਪੀਡ ਦੇ ਨਾਲ ਹੁਣ ਤੇ ਨਾ ਮੈਂ ਹੀ ਜਰਾ ਵੇਖਣਾ ਸੀ ਨਾ ਉੱਠਿਆ ਨਹੀਂ ਜਾ ਜਾ ਉਹ ਪੱਲੀ ਬਾੜੀ ਖੜਕਾਈ ਅਭੀ ਸਿਰਫ ਇਸਕੇ ਆਨੇ ਕਾ ਜਿਤਨੀ ਦੇਰ ਕੇ ਕੈਂਡਲ ਨਹੀਂ ਇੱਕ ਗਿਆ ਤਾਂ ਉਤਨੀ ਦੇਰ ਕੇ ਹਮ ਇੰਤਜ਼ਾਰ ਕਰਤੇ ਹੈ 2 hours later ਚਾਰ ਸ਼ੁਕੜੇ ਅੱਲਾ ਦੀ ਕਸਮੇ ਆ ਗਿਆ ਸਵੀਟ ਮਾਰ ਪੂਰਾ ਡੱਬਾ ਹੀ ਚੁੱਕ ਕੇ ਲੈਣ ਦੇ ਇੰਨੀ ਦੇਰ ਕਿਉਂ ਲਾਈ ਯਾਰ ਬਾਜ਼ਾਰ ਭਰਾ ਰਾ ਚੀਚੀ ਆ ਤੂੰ ਭੋਲਾ ਸ਼ੁਕਰ ਕਰ ਲੱਭ ਗਏ ਮੈਂ ਧਿਆਨ ਤੇ ਮੈਂ ਦੱਸਣਾ ਭੋਲੀ ਗਿਆ ਘਰ ਵਾਲੇ ਸਾਡੇ ਖਾਲਾ ਨਾਲ ਗਈ ਉਹਨੂੰ ਮੈਂ ਕਹਿ ਗਿਆ ਸਾ ਨਾਨ ਭਾਈ ਨੂੰ ਕਿ ਤੂੰ ਸੁੱਤਾ ਹੈ ਅਤੇ ਸੁੱਤਾ ਰਿਹਾ ਮੈਂ ਆਪਣੀ ਜਾਣਾਂ ਦੇ ਨਾਲ ਚੱਲਣਾ ਮੈਂ ਉਹਨੂੰ ਦੱਸ ਕੇ ਗਿਆ ਹੁਣ ਮੈਂ ਵੇਖੀ ਮੈਂ ਕਿਹਾ ਪ੍ਰੈਂਕ ਸ਼ੁਰੂ ਕਰਨੇ ਉਹ ਘਰ ਹੀ ਨਹੀਂ ਹੈ ਔਰ ਮੇਰੇ ਜ਼ਿਹਨ 'ਤੇ ਇੱਕ ਹੋਰ ਆਈਡੀਆ ਆ ਗਈ ਅਤੇ ਪੁੱਛ ਕੀ ਉਹਦੀ ਆਉਣ ਤੋਂ ਪਹਿਲੇ ਪਹਿਲੇ ਅਸੀਂ ਕੈਮਰਾ ਸੈੱਟ ਕਰਨੇ ਉਹਨੇ ਅੰਦਰ ਆਉਣਾ ਲਾਈਟਾਂ ਸ਼ਾਈਟਾਂ ਬੰਦ ਹੋਈ ਜਾਂਦੀਆਂ ਜਿਵੇਂ ਪਹਿਲੇ ਹਨੇਰਾ ਸੀ ਨਾ ਜਦੋਂ ਉਹ ਸੁੱਤਾ ਸੀ ਉਂਝ ਹੀ ਕੱਢ ਕੁੜ ਕੇ ਅਤੇ ਕੈਮਰਾ ਉੱਧਰ ਸੈੱਟ ਕਰ ਦਾਂਗੇ ਫਲੈਸ਼ ਲਾਈਟ ਬੰਦ ਕਰ ਦਾਂਗੇ ਇੱਕ ਸਿਰਫ ਛੋਟਾ ਬਲਬ ਲਾ ਦਾਂਗੇ ਜ਼ੀਰੋ ਦਾ ਤਾਂ ਕਿ ਥੋੜ੍ਹੀ ਥੋੜ੍ਹੀ ਰੋਸ਼ਨੀ ਆਉਂਦੀ ਰਹੀ ਜਦੋਂ ਆਏਗਾ ਤੂੰ ਚੱਦਰ ਲੈਣੀ ਤੇ ਇੰਝ ਸਵੀਰ ਨਾ ਨਿਕਲਣਾ ਤੇ ਉੱਤੇ ਕੋਠੇ ਵਾਲੇ ਪਾ ਸੀੜੀਆਂ ਦੇ ਚੱਲੇ ਵਿੱਚ ਸਹੀ ਹੋ ਸੀੜੀਆਂ ਤੇ ਜਾ ਕੇ ਬਹਿ ਗਏ ਨਾ ਚੱਦਰ ਲਾ ਕੇ ਤਾਂ ਕਿ ਸਵੇਰ ਚੱਦਰ ਨਾ ਨਜ਼ਰ ਆਏ ਨੇੜੇ 'ਚ ਵੀ ਸਵੇਰ ਚੱਦਰ ਨਜ਼ਰ ਆਈ ਨਹੀਂ ਫੁੱਲ ਸਵੀਰ ਨਾ ਭੰਨੀ ਤਾਂ ਕਿ ਨਾ ਉਹਨਾਂ ਨਾ ਪਤਾ ਚੱਲੇ ਕਿ ਇਸ ਘਰ ਦੇ ਅੰਦਰ ਓਰੀਜਨਲ ਦੇ ਭੂਤ ਹੈ ਜਦੋਂ ਉਹਨੇ ਘਰ ਆ ਕੇ ਸੋਈਏਗਾ ਨਾ ਜਦੋਂ ਅੰਦਰ ਆਈ ਕੇ ਸੋਈਏਗਾ ਅੱਗੇ ਹੀ ਉਹਦੀ ਤਬੀਅਤ ਖਰਾਬ ਹੈ ਉਹਨੇ ਘਰ ਆ ਕੇ ਕਰਨਾ ਹੀ ਕੀ ਹੈ ਘਰ ਅੰਦਰ ਕੋਈ ਵੀ ਨਹੀਂ ਆਇਆ ਤੇ ਉਹਨੇ ਆਰਾਮ ਨਾਲ ਸੋਣਾ ਹੀ ਉਸ ਤੋਂ ਬਾਅਦ ਅਸੀਂ ਜਿਹੜੀ ਮੋਮਬੱਤੀਆਂ ਨੀ ਆ ਪੂਰੀ ਪਲੈਨਿੰਗ ਸਟਾਰਟ ਕਰ ਦੇਣੀ ਹੁਣ ਮੈਂ ਕਹਿੰਦਾ ਤੂੰ ਸਹੀ ਤਰ੍ਹਾਂ ਨਾ ਕੀਤਾ ਨਾ ਮੈਂ ਨਾ ਅੰਦਰ ਕਮਰੇ 'ਚ ਹੀ ਚੱਲ ਜਾਣਾ ਫਲੈਸ਼ ਲਾਈਟ ਔਨ ਕਰਕੇ ਬੰਦ ਕਰਕੇ ਉਹ ਸਾਹਮਣੇ ਕੂਲਰ ਦੇ ਉਸ ਸਾਈਡ 'ਤੇ ਲਗਾਉਣਾ ਤਾਂ ਕਿ ਜਦੋਂ ਅੰਦਰ ਆਏਗਾ ਉੱਧਰ ਦਾ ਵੀ ਵਿਊ ਆਏਗਾ ਜਦੋਂ ਕਿਚਨ 'ਤੇ ਜਾਂ ਵਾਸ਼ਰੂਮ 'ਤੇ ਜਿੱਧਰ ਜਾਏਗਾ ਉੱਧਰ ਦਾ ਵਿਊ ਜਦੋਂ ਬਾਹਰ ਨਿਕਲਿਆ ਨਾ ਜਿਵੇਂ ਹੱਥ ਧੋਣ ਲੱਗੇ
ਤੂੰ ਉਧਰੋਂ ਸਪੀਡ ਨਾਲ ਨਿਕਲ ਗਿਆ ਜਾਂ ਪਾਣੀ ਪੀਂਦਾ ਪਿਆ ਅੰਦਰੋਂ ਤੂੰ ਕਿਚਨ ਦੇ ਸਾਹਮਣੇ ਭੱਜ ਕੇ ਨਿਕਲ ਗਿਆ। ਇਹ ਤੂੰ ਆਪ ਹੀ ਹਿਸਾਬ ਲਾ ਲੈ ਨਾ, ਇਸ ਹਿਸਾਬ ਦੇ ਨਾਲ ਨਾ ਸਨੈਤ ਆ ਕੇ ਉਹਨੂੰ ਲੱਗੇ ਕਿ ਅੰਦਰ ਸੱਚਮੁੱਚ ਚ ਅੰਦਰ ਹੀ ਸਾਇਆ। ਅੱਛਾ, ਹੁਣ ਜਾ ਕੇ ਨਾ ਅਸੀਂ ਆਪਣਾ ਪਨੈਕ ਦੀ ਤਿਆਰੀ ਸਟਾਰਟ ਕਰਨੇ ਆ, ਜਿਹੜੀ ਅਸੀਂ ਕੈਮਰਾ ਵਗੈਰਾ ਸੈੱਟ ਕਰਨਾ ਉਹ ਸੈੱਟ ਕਰ ਦਿੰਦੇ, ਪੱਖੇ ਛੱਕੇ ਲਾਈਟਾਂ ਸਾਰੀਆਂ ਬੰਦ ਕਰ ਦੇਣੇ, ਜੀਰੋ ਸਾਈਡ ਦਾ ਬਲਬ ਲਿਆ ਕੇ ਤੇ ਉਹ ਨੁਕੜੇ ਲਾ ਦੇ ਉਧਰ, ਤਾਂ ਕਿ ਥੋੜੀ ਥੋੜੀ ਰੋਸ਼ਨੀ ਆਉਂਦੀ ਰਹੀ, ਕੁਛ ਤੇ ਪਤਾ ਚੱਲੇ ਸਫੇਦ ਰੰਗ। ਵੇ ਮਾਮਾ ਦੀ ਮੈਂ ਚੱਦਰ ਲੈ ਛੜੀ ਫੁੱਲ ਸਫੇਦ, ਐ ਹੁਣ ਸਗੋਂ ਓਡਰ ਹੋਣਾ ਲੱਗਣੀ ਆ ਨੀੜੇ ਚ, ਬਿਲਕੁਲ ਨਜ਼ਰ ਸੀਟ ਤੇ ਰੱਖ ਐਂ ਮੰਜੀਆਂ ਪਿੱਛੇ ਲੋਕ, ਨਹੀਂ ਕੁਛ ਹੁੰਦਾ ਨੀ, ਚੁੱਕ ਲਈ ਥੋੜਾ ਜਿਹਾ ਘੁੰਗੜ ਚੁੱਕ ਲਈ, ਮੰਜੀਆਂ ਪਿੱਛੇ ਲੋਕ ਜੀ ਤੇ ਕੈਮਰਾ ਉੱਧਰ ਸੈੱਟ ਕਰ ਦਿਆਂਗੇ, ਉਹਨੂੰ ਮੰਜੀ ਨਜ਼ਰ ਹੀ ਨਹੀਂ ਆਉਣਾ। ਅਗਰ ਕੈਮਰਾ ਨਜ਼ਰ ਵੀ ਜਾ ਕੇ ਨਾ, ਸਿੱਧਾ ਜਾ ਕੇ ਅੰਦਰ ਸੋਣਾ ਹੀ, ਉਹਨੂੰ ਕੀ ਪਤਾ ਹੋਏ ਕੈਮਰਾ ਆਉਣੇ ਕਿ ਬੰਦ। ਮੈਂ ਜ਼ਰਾ ਬ੍ਰਾਈਟਨੈਸ ਬਿਲਕੁਲ ਲੋਅ ਕਰ ਦਿਆਂਗਾ ਤਾਂ ਕਿ ਉਹਨੂੰ ਪਤਾ ਹੀ ਨਾ ਚੱਲੇ ਹਨੇਰਾ ਹੋਣਾ, ਬ੍ਰਾਈਟਨੈਸ ਫੁੱਲ ਲੋਅ ਹੋ ਜਾਏ ਕਿਤੇ ਨਹੀਂ ਪਤਾ ਚੱਲੇ। ਮੰਜੀਆਂ ਦੇ ਕੋਲ ਲੁਕ ਜਾ, ਉਹਦੇ ਆਉਣ ਦਾ ਇੰਤਜ਼ਾਰ ਕਰ, ਜਦੋਂ ਆਏਗਾ ਤੇ ਮੈਂ ਕਹਿਣਾ ਤੋਤੇ ਵੱਲ ਕੋਠੀਆਂ ਨੂੰ ਤੈਨੂੰ ਭੱਜੀ ਸਪੀਡ ਦੇ ਨਾਲ ਭੱਜੀ। Thank you.
ਫਿਰ ਜਦੋਂ ਮੈਂ ਅੰਦਰ ਆਇਆ ਉਦੋਂ ਮੈਂ ਪਾਣੀ ਪੀਣਾ ਪਿਆ ਨਾ, ਕਿਚਨ ਦੇ ਵਿੱਚ ਵੀ ਉਦੋਂ ਵੀ ਕੋਈ ਗਿਆ ਸੀ ਇੱਧਰ, ਹੁਣ ਹੈ ਪਤਾ ਨਹੀਂ ਕੌਣ ਕਰ ਗਿਆ, ਘਰ ਵੀ ਕੋਈ ਹੋਰ ਕੋਈ ਨਹੀਂ, ਪਾਣੀ ਲੈ ਜਾ। ਬਾਂਦਰੋ ਤੁਸੀਂ ਸੋ ਵੀ ਅੰਦਰ ਕਿੱਥੋਂ ਆਏ ਹੋ, ਹੈ ਅੰਦਰ ਕਿੱਥੋਂ ਆਏ ਹੋ, ਅੰਦਰ ਕਿੱਥੋਂ ਆਏ, ਮੇਰੇ ਮੇਰੇ ਪੈਰ ਦੀ ਆ ਕੁੜੀ ਆ ਬਿਆ ਬਾਂਦਰਾ, ਮੇਰੇ ਘਰ ਕੋਈ ਨਹੀਂ ਹੈ, ਤੁਸੀਂ ਅੰਦਰ ਕਿੱਥੋਂ ਆਏ ਸੋ, ਤੂੰ ਤੇ ਮੈਨੂੰ ਕਿਹਾ ਸੀ ਮੈਂ ਯਾਰਾਂ ਦੇ ਨਾਲ ਚੱਲਾਂ ਹੁਣ ਇਹ ਅੰਦਰ ਅੱਗੇ ਮੈਂ ਜਦੋਂ ਕਿਚਨ ਚ ਪਾਣੀ ਪੀਂਦਾ ਮੈਂ, ਤੂੰ ਇਧਰੋਂ ਗਿਆ ਜਾਂ ਤੂੰ ਗਿਆ ਬੋਲ ਕੀ ਆ ਬਿਆ ਬਾਂਦਰ, ਮਾਮਾ ਦੀ ਨਵੀਂ ਚੱਦਰ, ਬਈ ਜਦੋਂ ਮੈਂ ਕਿਚਨ ਚ ਪਾਣੀ ਪੀਂਦਾ ਪਿਆ ਨਾ, ਤੁਸੀਂ ਤੂੰ ਇਧਰੋਂ ਗਿਆ ਕਿ ਤੂੰ ਗਿਆ, ਦੱਸ ਮੈਨੂੰ ਇਹ ਕੀ ਕੀਤਾ ਅੱਜ, ਪਤਾ ਸੀ ਕਿ ਨਹੀਂ ਮੈਨੂੰ ਦੱਸ, ਪਤਾ ਸੀ ਕਿ ਨਹੀਂ ਦੀ ਕਸਮ ਮੈਂ ਮਾਮਾ ਹੋਣਾ ਨੂੰ ਆ ਲੈਂਦੇ ਫਾਰੂਕ ਤੇ ਅਲੀ ਆ ਲੈਂਦੇ ਤੇਰਾ ਮਾਮਾ ਹੋਣਾ, ਮੇਰੀ ਤੋਂ ਤਬੀਅਤ ਨਹੀਂ ਸਹੀ ਆ ਬਾਂਦਰਾ, ਉੱਤੋਂ ਮੈਂ ਕਿਚਨ ਚ ਪਾਣੀ ਪੀ ਲੈਣ ਗਿਆ ਇੰਨੀ ਲੰਗੀ ਐਦਾਂ ਵੇਪੜਿਆ ਕਿਹਨੂੰ ਕਹੀ ਦਾ ਕੀ ਬਣਾ ਚਾਦਰ ਲਈ ਮੂੰਹ ਤੇ ਉਹ ਕਿਤੇ ਪੂਰਾ ਕਾਲਾ ਜਾਦ ਪੇ, ਹੁਣ ਸਾਫ਼ ਤੂੰ ਵੀ ਕਰਨੇ ਕਹਿੰਦਾ ਜਾਣ ਲਈ ਵੀਡੀਓ ਲੈਣ ਚ ਕਰਨੇ ਸਹੀ ਗੱਲ ਆ ਲੈਂਦੇ ਤੇਰਾ ਮਾਮਾ, ਚੱਲ ਚੱਲ ਉੱਠ ਉੱਠ ਟਾਈਮ ਵੇਖ ਲੈ, ਮੈਨੂੰ ਇਹਨੇ ਇੰਨੀ ਕੁ ਮੋਮਬੱਤੀ 2 ਵਜੇ ਆਏ ਮੋਮਬੱਤੀ ਲੈ ਕੇ, ਮੈਂ ਤੁਹਾਡਾ ਪ੍ਰੈਂਕ ਕਰਨ ਵਾਲਾ ਹੈ ਮੇਰੀ ਅੱਜ ਦੀ ਸ਼ਾਤ ਪਹਿਲੇ ਪਹਿਲੇ ਸੌ ਸੁਬਹ ਦੀ ਯਾਰ ਨਿੱਕਾ ਜਿਹਾ ਪ੍ਰੈਂਕ ਸੀ ਇਹਨੂੰ, ਭੈਣ ਨੂੰ ਮੋਮਬੱਤੀ ਕਿਤੇ ਰਾਹੁਲੀ ਜਰਾ ਪਾ ਸਾਲ ਵੀਡੀਓ ਕੈਨ ਕਰਤੀ, ਤੈਨੂੰ ਡਰਾਇਆ ਬੜਾ ਸੋਹਣਾ ਬੜਾ ਪਸਾਤ ਹੀ ਨਾ ਇਸ ਪ੍ਰੈਂਕ ਕੈਨ ਕਰਤੀ, ਉਮੀਦ ਆ ਕੋਈ ਇਹ ਪ੍ਰੈਂਕ ਪਸੰਦ ਆਇਆ ਹੋਗਾ, ਪਸੰਦ ਆਇਆ ਤਾਂ ਇਸ ਪ੍ਰੈਂਕ ਕੋ ਲਾਈਕ ਕਰੇ ਸ਼ੇਅਰ ਕਰੇ, ਔਰ ਅਗਰ ਆਪ ਹਮਾਰੇ ਚੈਨਲ ਪੇ ਨਿਊ ਹੈ ਤੋ ਇਸ ਚੈਨਲ ਕੋ ਸਬਸਕ੍ਰਾਈਬ ਕਰੇ, ਮਿਲਤੇ ਹੈ ਅਗਲੇ ਪ੍ਰੈਂਕ ਮੇਂ ਯਾ ਵਲੋਗ ਮੇਂ, ਤਬ ਤੱਕ ਕੇ ਲੀਏ ਗੁੱਡ ਬਾਏ, ਨਮਾਜ਼ ਕਾਇਮ ਕੀਜੀਏਗਾ, ਮੁਝੇ ਅਪਨੀ ਦੁਆ ਮੇਂ ਯਾਦ ਰੱਖੇ।
I know you told your friend you're